ਜਦੋਂ ਮੈਂ ਛੋਟਾ ਹੁੰਦਾ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਗੁਰਦੁਆਰੇ ਦੀ ਪੰਜਾਬੀ ਅਤੇ ਘਰ ਦੀ ਪੰਜਾਬੀ ਦੋ ਅਲੱਗ ਅਲੱਗ ਪੰਜਾਬੀ ਹੁੰਦੀਆਂ ਨੇ। ਪਤਾ ਜਿਵੇਂ ਕਿ ਆਪਾਂ ਘਰ ਆਪਾਂ ਉਹਨੂੰ ਰੋਟੀ ਕਹਿੰਦੇ ਹਾਂ ਅਤੇ ਗੁਰਦੁਆਰਾ ਆਪਾਂ ਕਹਿੰਦੇ ਹਾਂ ਪ੍ਰਸ਼ਾਦਾ। ਸੋ ਇੱਕ ਵਾਰੀ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀਗੀ, ਮੈਂ ਗਿਆ ਗੁਰਦੁਆਰੇ ਔਰ ਤੁਹਾਨੂੰ ਪਤਾ ਪਰੌਂਠੇ ਖਾਣ, ਕਿਉਂਕਿ ਪਾਠ ਕਰਨ ਕੌਣ ਜਾਂਦਾ ਬੁੱਢੇ। ਉਸ ਦਿਨ ਆਪਾਂ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀਗੀ, ਮੈਂ ਅਰਦਾਸ ਉਰਦੂ ਕੀਤੀ, ਆਪਾਂ ਮੈਂ ਫਿਰ ਲੰਗਰ ਹਾਲ 'ਚ ਗਿਆ, ਉੱਥੇ ਲਾਂਗਰੀ ਆਇਆ, ਲਾਂਗਰੀ ਪਰੌਂਠਾ ਜੀ ਪਰੌਂਠਾ ਜੀ ਪਰੌਂਠਾ ਜੀ, ਇਹ ਮੈਂ ਕਿਹਾ ਅੰਕਲ ਜੀ ਇੱਕ 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 ਪਰੌਂਠਾ ਦੇ ਦਿਓ। ਲਾਂਗਰੀ ਨੇ ਮੇਰੇ ਵੱਲ ਦੇਖਿਆ, ਥੋੜ੍ਹਾ ਸਾਫ ਸੂਫ ਜਿਹਾ ਲਾਇਆ, ਥੋੜ੍ਹਾ ਮੈਥ ਜਿਹਾ ਕੀਤਾ, ਉਹਨਾਂ ਨੇ ਫਿਰ ਤਿੰਨ ਪਰੌਂਠੇ ਰੱਖਤੇ ਮੇਰੀ ਬੋਡੀ ਦੇਖ ਕੇ। ਮੈਨੂੰ ਸ਼ਰਮ ਜੀ ਬਹੁਤ ਆਈ, ਮੈਂ ਕਿਹਾ ਇਹਦਾ ਬੇਇੱਜ਼ਤੀ ਦੀ ਗੱਲ ਆ, ਪਰ ਬਾਬੇ ਦੇ ਘਰ ਕੀ ਸ਼ਰਮ। ਮੈਂ ਚੱਕੇ ਤਿੰਨ ਪਰੌਂਠੇ ਅਤੇ ਮੈਂ ਖਾ ਲਏ ਅਤੇ ਸੋ ਮੈਂ ਵਾਪਸ ਲਾਂਗਰੀ ਕੋਲ ਗਿਆ। ਮੈਂ ਕਿਹਾ ਅੰਕਲ ਜੀ ਭੁੱਖ ਬਹੁਤ ਲੱਗੀ ਹੈ, ਹਾਲੇ ਵੀ ਇੱਕ ਪਰੌਂਠਾ ਦੇ ਦਿਓ ਹੋਰ। ਲਾਂਗਰੀ ਨੇ ਮੇਰੇ ਵੱਲ ਦੇਖਿਆ, ਕਹਿੰਦਾ ਸੋਰੀ ਬੇਟਾ ਪਰ ਪਰੌਂਠੇ ਵੱਧ ਗਏ। ਮੈਨੂੰ ਨਹੀਂ ਪਤਾ ਸੀਗਾ ਕਿ ਗੁਰਦੁਆਰੇ ਵੱਧ ਗਏ ਦਾ ਮਤਲਬ ਹੁੰਦਾ ਪਰੌਂਠੇ ਘੱਟ ਗਏ। ਮੈਨੂੰ ਲੱਗਿਆ ਘਰ ਵਾਲਾ ਵੱਧ ਗਿਆ ਮਤਲਬ ਪਰੌਂਠੇ ਜ਼ਿਆਦਾ ਹੋ ਗਏ। ਮੈਂ ਕਿਹਾ ਓਕੇ ਅੰਕਲ ਜੀ ਪਰੌਂਠੇ ਵੱਧ ਗਏ, ਫਿਰ ਮੈਨੂੰ ਦੋ ਦੇ ਦਿਓ। ਪੰਜਾਬੀ ਬੋਲ, ਮੈਨੂੰ ਅੰਗਰੇਜ਼ੀ ਨਹੀਂ ਆਉਂਦੀ।